ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਰ, ਅੱਜ ਜੀ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਮੋਟਰਸਾਈਕਲ ਤੇ ਰੈਲੀ ਕੱਢੀ ਗਈ, ਕਿਸ ਸੰਬੰਧ ਵਿੱਚ ਕੱਢੀ ਗਈ? ਇਹ ਦੇਖੋ ਜੀ, ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਉਹਦੇ ਪੰਜਾਬ ਦੇ ਵਿੱਚ ਹੀ ਜਿਹੜੀ ਆ ਕੰਪੇਨ ਚਲਾਈ ਹੋਈ ਆ, ਔਰ ਬਰਾਬਰ ਡੇ ਬਾਈ ਡੇ ਅਸੀਂ ਪਬਲਿਕ ਨੂੰ ਅਵੇਅਰ ਕਰ ਰਹੇ ਹਾਂ ਨਸ਼ਿਆਂ ਦੇ ਖਿਲਾਫ। ਔਰ ਇਸੇ ਪੜਾਅ ਦੇ ਤਹਿਤ ਅੱਜ ਜਿਹੜੀ ਪੂਰੇ ਡਿਸਟ੍ਰਿਕਟ ਦੇ ਵਿੱਚ ਮੋਟਰਸਾਈਕਲ ਜਿਹੜੀ ਰੈਲੀ ਆ ਉਹ ਕੱਢੀਆਂ ਗਈਆਂ, ਔਰ ਸਬ ਡਿਵੀਜ਼ਨ ਭਿੱਖੀ ਮੰਡ ਦੇ ਵਿੱਚ ਵੀ ਅਸੀਂ ਸਾਰੇ SHO ਔਰ ਪਬਲਿਕ ਨੂੰ ਨਾਲ ਲੈ ਕੇ, ਜਿਹੜਾ ਅਸੀਂ ਵੱਖ ਵੱਖ ਸਾਡੇ ਕਸਬੇ ਸੀ ਉਹਨਾਂ ਦੇ ਵਿੱਚ ਅਸੀਂ ਮੋਟਰਸਾਈਕਲ ਰੈਲੀ ਕੀਤੀ। ਸਰ, ਨਸ਼ੇ ਦੇ ਸੁਦਾਗਰਾਂ ਨੂੰ ਕੀ ਕਹਿਣਾ, ਇਹ ਚੇਤਾਵਨੀ ਦੇਣਾ ਚਾਹੁੰਦੇ ਜੀ? ਜਿਹੜੇ ਨਸ਼ੇ ਦੇ ਸੁਦਾਗਰ, ਇਹਨਾਂ ਨੂੰ ਮਤਲਬ ਕਿ ਸਾਡੀ ਇਹੀ ਆ ਵੀ ਰਾਏ ਵੀ ਤੁਸੀਂ ਆਪਣਾ ਇਹ ਧੰਦਾ ਬੰਦ ਕਰੋ। ਹੁਣ ਜਿਹੜਾ ਪੁਰਾਣਾ ਟਾਈਮ ਨਹੀਂ ਰਹਿ ਗਿਆ, ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਜ਼ ਆ ਉਹ ਵੀ ਅਸੀਂ ਜਿਹੜਾ ਫੋਰਫੀਸ ਕਰ ਰਹੇ ਹਾਂ, ਔਰ ਵੱਧ ਤੋਂ ਵੱਧ ਇਹਨਾਂ ਦੇ ਜਿਹੜਾ ਨਵਾਂ ਐਕਸ਼ਨ ਜਿਹੜਾ ਉਹ ਬਹੁਤ ਸਖ਼ਤ ਹੋਏਗਾ। ਧੰਨਵਾਦ।